ਅਤੇ ਬੇਨਤੀ ਕਰਨੀ ਆ ਸਾਰੇ ਜਿੰਨੇ ਆਪਣੇ ਗਰੁੱਪ ਆ ਇਟਲੀ ਦੇ ਵਿੱਚ ਚੱਲਦੇ ਆ ਜੀ, ਸਾਰਿਆਂ ਦੇ ਚਰਨਾਂ ਵਿੱਚ ਬੇਨਤੀ ਹੈ। ਏਕਾ ਸਿੰਘ ਆਪਣਾ ਜਿਹੜੀ ਹੈਗਾ ਡਿਸਟ੍ਰਿਕਟ ਹੁਸ਼ਿਆਰਪੁਰ ਦਾ, ਝਿੰਗਲ ਕਲਾਂ ਪਿੰਡ ਹੈ ਇਹਨਾਂ ਦਾ, ਅਤੇ ਤਹਿਸੀਲ ਮਕੇਰੀਆਂ ਦੇ ਵਿੱਚ ਪੈਂਦਾ ਇਹਨਾਂ ਦਾ ਪਿੰਡ। ਇਹ ਤਕਰੀਬਨ 2009 ਦੇ ਵਿੱਚ ਆਏ ਸੀਗੇ, ਅਤੇ ਮਾਨਤੋਵੇ ਦੇ ਵਿੱਚ ਹੀ ਇਹਨਾਂ ਜ਼ਿਆਦਾ ਕੰਮ ਕੀਤਾ ਉੱਧਰ। ਅਤੇ 2020 ਦੇ ਵਿੱਚ ਦੱਸਦੇ ਇੱਥੇ ਆਏ ਆਪਣੇ ਅਰੋਮਾ ਆਏ ਮਿਲਣ ਗਏ ਨੂੰ, ਅਤੇ ਉਸ ਤੋਂ ਬਾਅਦ ਫਿਰ ਕਹਿੰਦੇ ਇਹਨਾਂ ਦਾ ਕੋਈ ਪਤਾ ਨਹੀਂ, ਨਾ ਫੋਨ ਵੀ ਬੰਦ ਹੋ ਗਿਆ, ਵਟਸਐਪ ਸਾਰਾ ਕੁਝ ਬੰਦ ਹੋ ਗਿਆ। ਅਤੇ ਇਹਨਾਂ ਦੇ ਰਿਸ਼ਤੇਦਾਰ ਆ ਪੁਰਤਗਾਲ ਦੇ ਵਿੱਚ ਜੀ, ਅਤੇ ਉਹਨਾਂ ਦਾ ਫੋਨ ਆਇਆ ਸੀ, ਕਹਿੰਦੇ ਵੀ ਅਸੀਂ ਕਾਰਪੋਰੇਟ ਨੂੰ ਵੀ ਜਿੱਦਾਂ ਪੁਲਿਸ ਨੂੰ ਵੀ ਈਮੇਲਾਂ ਕੀਤੀਆਂ, ਅੰਬੈਸੀ ਦੇ ਵਿੱਚ ਕੀਤੀਆਂ, ਅਤੇ ਉਹਨਾਂ ਕੋਈ ਜਵਾਬ ਨਹੀਂ ਦਿੱਤਾ, ਅਤੇ ਇਸ ਬੰਦੇ ਦਾ ਕੋਈ ਪਤਾ ਨਹੀਂ ਲੱਗ ਸਕਿਆ ਜੀ। ਅਤੇ 2020 ਦਾ ਇਹ ਗੁੰਮ ਸ਼ੁਦਾ ਹੋਇਆ ਹੈ, ਪਤਾ ਨਹੀਂ ਬਾਹਰ ਜਾਣਦਾ ਹੁਣ ਕੀ ਭਾਣਾ ਵਰਤਿਆ ਹੋਊਗਾ ਜੀ। ਅਤੇ ਸਾਰਿਆਂ ਨੂੰ ਬੇਨਤੀ ਹੈ ਜ਼ਰੂਰੀ ਵੀ ਆਪਣੇ ਸਾਰੇ ਗਰੁੱਪਾਂ ਦੇ ਵਿੱਚ ਵੱਧ ਤੋਂ ਵੱਧ ਸ਼ੇਅਰ ਕਰ ਦਿਓ, ਅਤੇ ਇਹਦੀ ਮੈਂ ਫੋਟੋ ਵਿੱਚ ਪਾ ਦਿੰਦਾ ਜੀ, ਇਹਦੀਆਂ ਫੋਟੋਆਂ, ਇੱਕ ਪੱਗ ਵਾਲੀ, ਇੱਕ ਮੋਨੇ ਆ, ਅਤੇ ਉਹ ਮੈਂ ਵਿੱਚ ਗਰੁੱਪਾਂ ਦੇ ਵਿੱਚ ਪਾ ਦਿਆਂਗਾ, ਨਾਲ ਹੀ ਮੈਸੇਜ 'ਤੇ ਛੱਡ ਦਿੰਦੇ ਹਾਂ, ਅਤੇ ਸਾਰੇ ਗਰੁੱਪਾਂ ਦੇ ਵਿੱਚ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਇਹਨਾਂ ਨੂੰ ਜੀ, ਤਾਂ ਜੋ ਕਿ ਇਹਨਾਂ ਦੇ ਜੋ ਮਾਂ ਪਿਓ ਦਾ ਕਹਿੰਦੇ ਬਹੁਤ ਬੁਰਾ ਹਾਲ ਆ, ਵੀ ਉਹਨਾਂ ਨੂੰ ਉਹਨਾਂ ਦਾ ਪੁੱਤ ਮਿਲ ਸਕੇ। ਸੋ ਆਪਣੀ ਮਾੜੀ ਜਿਹੀ ਕੋਸ਼ਿਸ਼ ਦੇ ਨਾਲ ਉਹਨਾਂ ਦਾ ਜੇ ਪੁੱਤ ਉਹਨਾਂ ਨੂੰ ਮਿਲ ਜਾਵੇ ਤਾਂ ਬਹੁਤ ਵਧੀਆ ਗੱਲ ਹੈ ਜੀ। ਹਾਂਜੀ।